ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਬਾਬਾ ਜੀ ਦੇ ਰਘੂਨਾਥ ਜੀ ਹੈ ਜੀ, ਜਿਹੜੇ ਸਾਡੇ ਬਾਬਾ ਜੀ ਕਾਫੀ ਦਿਨਾਂ ਤੋਂ ਪਿਛਲੀ 23 ਤਰੀਕ ਤੋਂ ਬਿਮਾਰ ਚੱਲ ਰਹੇ ਸੀ। ਮੈਂ ਅਸੀਂ ਹੁਣੇ ਲਾਈਵ ਹੋਏ ਸੀ 10 ਮਿੰਟ ਪਹਿਲਾਂ 20 ਮਿੰਟ, ਤਾਂ ਉਹ ਤਕਨੀਕੀ ਖਰਾਬੀ ਕਰਕੇ ਵੀਡੀਓ ਪੂਰੀ ਪ੍ਰੋਪਰ ਪਈ ਨਹੀਂ ਜੀ। ਅਤੇ ਅਸੀਂ ਦੁਬਾਰਾ ਜਾਣਕਾਰੀ ਦੇਣਾ ਚਾਹੁੰਦੇ ਹਾਂ, ਬਾਬਾ ਜੀ ਜੀ ਆਪਣੇ ਅੱਜ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਹੁਣੇ ਹੁਣ ਤੋਂ 2 ਘੰਟਾ ਪਹਿਲਾਂ ਅਕਾਲ ਚਲਾਣਾ ਕਰ ਗਿਆ ਜੀ। ਅਤੇ ਬਾਬਾ ਜੀ 23 ਤਰੀਕ ਤੋਂ ਲੁਧਿਆਣੇ ਸ਼ਹਿਰ ਦੇ ਵਿੱਚ ਦੀਪਕ ਹਸਪਤਾਲ ਦੇ ਵਿੱਚ ਐਡਮਿਟ ਸੀਗੇ ਜੀ। ਸਾਡੇ ਕੋਲ ਇਹਨਾਂ ਨੂੰ ਬਾਬਾ ਜੀ ਨੂੰ ਰਘੂਨਾਥ ਜੀ ਨੂੰ ਇਹਨਾਂ ਦੀ ਉਮਰ ਤਕਰੀਬਨ 90 ਸਾਲ ਸੀਗੀ ਜੀ। ਇਹਨਾਂ ਨੂੰ ਸਾਡੇ ਕੋਲ ਪਟਿਆਲੇ ਸ਼ਹਿਰ ਤੋਂ ਛੱਡ ਕੇ ਗਏ ਸੀਗੇ ਜੀ ਵੀਰ। ਅਤੇ ਉਹਨਾਂ ਦਾ ਦੱਸਣਾ ਸੀਗਾ ਜੀ, ਇਹ ਸਰਹੰਦੀ ਗੇਟ ਦੇ ਕੋਲ ਪਟਿਆਲੇ ਸ਼ਹਿਰ 'ਚ ਬੱਸ ਸਟੈਂਡ ਦੇ ਕੋਲ ਬੜੀ ਮਾੜੀ ਹਾਲਤ ਦੇ ਵਿੱਚ ਪਏ ਸੀ ਬਜ਼ੁਰਗ। ਅਤੇ ਬਾਬਾ ਜੀ ਦੇ ਪੈਰ ਦੇ ਵਿੱਚ ਕੀੜੇ ਪਏ ਹੋਏ ਸੀਗੇ ਜੀ, ਬਹੁਤ ਹੀ ਮਾੜੀ ਹਾਲਤ ਦੇ ਵਿੱਚ ਸੀਗੇ ਬਾਬਾ ਜੀ ਜਦੋਂ ਸਾਡੇ ਕੋਲ ਆਇਆ। ਕਾਫੀ ਗੰਭੀਰ ਸੀ ਹਾਲਤ ਇਹਨਾਂ ਦੀ, ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਪੈਰ ਦੇ ਵਿੱਚ ਕੀੜੇ ਪਏ ਹੋਏ, ਅੱਗਿਓਂ 4 ਉਂਗਲਾਂ ਅਤੇ 1 ਅੰਗੂਠੇ ਨੂੰ ਪੂਰਾ ਖਾ ਗਏ ਸੀਗੇ ਜੀ ਕੀੜੇ। ਅਤੇ ਬੜੀ ਮਾੜੀ ਹਾਲਤ ਸੀ ਬਾਬਾ ਜੀ ਉਸ ਟਾਈਮ ਜਦੋਂ ਸਾਡੇ ਕੋਲ ਛੱਡ ਕੇ ਗਏ। ਸਾਡੀ ਟੀਮ ਨੇ ਬੜੀ ਮਿਹਨਤ ਕੀਤੀ, ਬਾਬਾ ਜੀ ਨੂੰ ਇੱਥੇ ਦੀਪਕ ਹਸਪਤਾਲ ਦੇ ਵਿੱਚ ਐਡਮਿਟ ਰੱਖਿਆ। ਉਸ ਟਾਈਮ 7-8 ਦਿਨ ਬਾਬਾ ਜੀ ਐਡਮਿਟ ਰਹੇ, ਤਾਂ ਠੀਕ ਹੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਆਪਣੀ ਸੰਸਥਾ 'ਤੇ ਲੈ ਗਏ ਸੀਗੇ ਜੀ। ਉੱਥੇ ਇਹਨਾਂ ਦਾ ਇਲਾਜ ਚੱਲਦਾ ਸੀ, ਰੋਜ਼ ਪੱਟੀਆਂ ਹੁੰਦੀਆਂ ਸੀ ਸੇਵਾ। ਅਤੇ ਬਾਬਾ ਜੀ ਤੁਰਨ ਲੱਗ ਗਏ ਸੀਗੇ ਵੋਕਰ ਦੇ ਨਾਲ, ਯਾਨੀ ਕਿ ਤੁਰ ਕੇ ਆਪਣਾ ਕੁਛ ਟਾਈਮ ਐਕਸਰਸਾਈਜ਼ ਕਰਦੇ ਸੀਗੇ ਜੀ। ਗੁਰੂ ਮਹਾਰਾਜ ਦੀ ਕਿਰਪਾ ਨਾਲ 2 ਮਹੀਨਿਆਂ ਤੋਂ ਅਸੀਂ ਇਹਨਾਂ ਦੀ ਸੇਵਾ 'ਚ ਲੱਗੇ ਹੋਏ ਸੀਗੇ ਜੀ ਸਾਡੀ ਟੀਮ। ਪਰ 23 ਤਰੀਕ ਨੂੰ ਅਚਾਨਕ ਬਾਬਾ ਜੀ ਦਾ ਸ਼ੂਗਰ ਬਹੁਤ ਜ਼ਿਆਦਾ ਲੋਅ ਹੋ ਗਿਆ ਅਤੇ ਬਾਬਾ ਜੀ ਕਾਫੀ ਢਿੱਲੇ ਹੋ ਗਏ। ਅਸੀਂ ਸਵੇਰਿਓਂ ਆਪਣੀ ਸੰਸਥਾ 'ਤੇ ਜਦ ਸਵੇਰਿਓਂ ਗੁਰੂ ਮਹਾਰਾਜ ਦਾ ਨਾਂ ਲੈਂਦੇ ਹਾਂ, ਜਾਪ ਕਰਦੇ ਹਾਂ ਜੀ, ਉਸ ਤੋਂ ਬਾਅਦ ਪ੍ਰਸ਼ਾਦ ਵੰਡਦੇ ਹਾਂ ਜੀ। ਤਾਂ ਜਦ ਅਸੀਂ ਪ੍ਰਸ਼ਾਦ ਮੈਂ ਬਾਬਾ ਜੀ ਨੂੰ ਦੇਣ ਗਿਆ, ਜਿਵੇਂ ਅੱਗੇ ਅਕਸਰ ਮੈਂ ਜਾਂਦਾ ਸੀਗਾ, ਤਾਂ ਬਾਬਾ ਜੀ ਨੂੰ ਬੁਲਾਇਆ ਉਠਾਇਆ, ਤਾਂ ਬਾਬਾ ਜੀ ਥੋੜ੍ਹੇ ਢਿੱਲੇ ਲੱਗੇ ਮੈਨੂੰ, ਥੋੜ੍ਹੀ ਉਹਨਾਂ ਦੀ ਕੰਡੀਸ਼ਨ ਕਾਫੀ। ਤਾਂ ਅਸੀਂ ਹੋਸਪਿਟਲ ਦੇ ਵਿੱਚ ਲੈ ਕੇ ਆਏ ਦੀਪਕ ਜੀ, ਐਡਮਿਟ ਕਰਾਇਆ ਹੋਇਆ ਸੀ। ਕੱਲ੍ਹ ਦੇ ਬਾਬਾ ਜੀ ਨੂੰ ਵੈਂਟੀਲੇਟਰ 'ਤੇ ਚਲੇ ਗਏ ਸੀ। ਬਾਬਾ ਜੀ ਸਿਹਤ ਕਾਫੀ ਡਾਊਨ ਹੋ ਗਈ, ਸ਼ੂਗਰ 500 ਹੋ ਗਿਆ ਸੀ ਲੈਵਲ, ਸ਼ੂਗਰ ਦਾ ਹੋਰ ਵੀ ਕਾਫੀ ਪ੍ਰੋਬਲਮ ਆ ਗਈਆਂ ਸੀ ਬਾਬਾ ਜੀ ਨੂੰ ਨਾਲ, ਆਊਟਪੁੱਟ ਬਿਲਕੁਲ ਹੀ ਰੋਗੀ ਸੀਗੀ ਬਾਬਾ ਜੀ ਦੀ। ਅਤੇ ਅੱਜ ਬਾਬਾ ਜੀ ਕੁਛ ਦੇਰ ਪਹਿਲਾਂ 1/2 ਘੰਟਾ ਪਹਿਲਾਂ ਅਕਾਲ ਚਲਾਣਾ ਕਰ ਗਿਆ ਜੀ। ਪਹਿਲਾਂ ਵੈਂਟੀਲੇਟਰ 'ਤੇ ਪਾਇਆ ਹੋਇਆ ਸੀ, ਡਾਕਟਰਾਂ ਨੇ ਦੱਸਿਆ ਵੀ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਬਾਬਾ ਜੀ ਬਚ ਨਹੀਂ ਸਕੇ। ਅਤੇ ਬਾਬਾ ਜੀ ਨੇ ਜਿਹੜੇ ਸਵਾਸਾਂ ਦੀ ਕੁੰਡੀ ਸੀਗੀ ਦਿੱਤੀ ਹੋਈ ਗੁਰੂ ਮਹਾਰਾਜ ਨੇ, ਉਹ ਪੂਰੀ ਕਰਕੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਇੱਥੋਂ ਗੁਰੂ ਮਹਾਰਾਜ ਦੇ ਚਰਨਾਂ 'ਚ ਜਾ ਵਰਾਜਿਆ ਜੀ। ਅਤੇ ਸਾਡੀ ਟੀਮ ਨੇ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕੀਤੀ ਇਹਨਾਂ ਦੀ ਜੋ ਵੀ ਬਣਦਾ ਇਲਾਜ ਸੀ ਕਰਵਾਉਣ ਦੀ। ਡਾਕਟਰਾਂ ਨੇ ਵੀ ਬਹੁਤ ਹੈਲਪ ਕੀਤੀ, ਸਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਬਾਬਾ ਜੀ ਬਚ ਨਹੀਂ ਸਕੇ ਜੀ। ਬਾਬਾ ਰਘੂਨਾਥ ਜੀ ਪਟਿਆਲੇ ਸ਼ਹਿਰ ਤੋਂ ਸਾਡੇ ਕੋਲ ਛੱਡ ਕੇ ਗਏ। ਵੈਸੇ ਇਹ ਬੇਸਿਕ MP ਤੋਂ ਦੱਸਦੇ ਸੀਗੇ, ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਨੂੰ ਸਾਂਭਣ ਵਾਲਾ ਕੋਈ ਹੈ ਨਹੀਂ ਸੀਗਾ। ਇਹਨਾਂ ਦੇ ਪੈਰ ਦੇ ਵਿੱਚ ਕੀੜੇ ਪਏ ਹੋਏ ਸੀ, ਇੱਕ ਚੁੱਗੀ ਦੇ ਵਿੱਚ ਉੱਥੇ ਪਏ ਸੀ, ਤਾਂ ਬੜੀ ਮਾੜੀ ਹਾਲਤ ਸੀ। ਆਵਾਜ਼ਾਂ ਮਾਰ ਮਾਰ ਕੇ ਬੁਲਾਉਂਦੇ ਰਹਿੰਦੇ ਸੀ ਲੋਕਾਂ ਨੂੰ, ਜੇ ਕੋਈ ਖਾਣਾ ਦੇ ਜਾਂਦਾ ਸੀ ਤਾਂ ਖਾ ਲੈਂਦੇ ਸੀ, ਤਾਂ ਨਹੀਂ ਤਾਂ ਉੱਥੇ ਹੀ ਆਪਣਾ ਦਿਨਚਰਿਆ ਆਪਣੀ ਪੂਰੀ ਕਰਦੇ ਸੀਗੇ। ਜਦੋਂ ਵੀਰ ਨੂੰ ਲੈ ਕੇ ਆਏ ਆ, ਉਹ ਚੱਕ ਕੇ ਵੀਰ ਇਹਨੂੰ ਉੱਥੋਂ ਚੁੱਗੀ ਦੇ ਵਿੱਚੋਂ ਚੱਕ ਕੇ ਰੇਹੜੀ ਦੇ ਵਿੱਚ ਪਾ ਕੇ ਲੈ ਕੇ ਆਏ ਸੀ। ਬਾਬਾ ਜੀ ਦੇ ਬਿਸਤਰੇ ਦੇ ਵਿੱਚ ਬਹੁਤ ਕੀੜੇ ਸੀਗੇ, ਬਹੁਤ ਮਾੜੀ ਹਾਲਤ ਦੇ ਵਿੱਚ ਸੀਗੇ ਬਾਬਾ ਜੀ। ਅਤੇ ਬਹੁਤ ਸੱਚੇ ਪਾਤਸ਼ਾਹ ਨੇ ਸਾਨੂੰ ਇਹਨਾਂ ਦੀ ਸੇਵਾ ਦਾ ਮੌਕਾ ਦਿੱਤਾ ਸੀ, ਤਾਂ ਅਸੀਂ ਇਹਨਾਂ ਦੀ ਸੇਵਾ ਪੂਰੀ ਤਨਦੇਹੀ ਨਿਭਾਈ ਸੀ। ਬਾਬਾ ਜੀ ਠੀਕ ਹੋ ਗਏ ਸੀ, ਪਰ ਇਸ ਚੀਜ਼ ਦੇ ਅੱਗੇ ਕਿਸੇ ਦਾ ਬੱਸ ਨਹੀਂ ਚੱਲਦਾ। ਬਾਬਾ ਜੀ ਦਾ ਜਿਹੜਾ ਕਿ ਸਵਾਸਾਂ ਦੀ ਪੂੰਜੀ ਪੂਰੀ ਹੋ ਗਈ, ਉਹਨੂੰ ਕੋਈ ਰੋਕ ਨਹੀਂ ਸਕਦਾ ਜੀ। ਪਰ ਅੱਜ ਬਾਬਾ ਜੀ ਸਾਡੇ ਵਿੱਚ ਨਹੀਂ ਰਹੇ, ਬੜੀ ਦੁੱਖ ਦੀ ਗੱਲ ਆ। ਸਾਡੀ ਟੀਮ ਦੇ ਵਿੱਚ ਜਦੋਂ ਕੋਈ ਇੱਦਾਂ ਦਾ ਮੈਂਬਰ ਕੋਈ ਇੱਦਾਂ ਦੀ ਗੱਲ ਹੁੰਦੀ ਆ, ਤਾਂ ਬੜੀ ਮਨ ਨੂੰ ਠੇਸ ਪਹੁੰਚਦੀ ਆ ਵੀ ਅਸੀਂ ਇਹਨਾਂ ਨੂੰ ਸੇਵਾ ਕਰਨ ਦੀ ਖਾਤਰ, ਇਹਨਾਂ ਨੂੰ ਪੈਰਾਂ ਸਿਰ ਖੜ੍ਹੇ ਕਰਨ ਦੀ ਖਾਤਰ ਬਾਬਾ ਜੀ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਆ, ਅਸੀਂ ਨਿਭਾਉਂਦੇ ਹਾਂ। ਜਦੋਂ ਇੱਦਾਂ ਦਾ ਕੋਈ ਬਜ਼ੁਰਗ ਸਾਡੇ ਕੋਲ ਤੁਰ ਜਾਂਦਾ ਤਾਂ ਬੜਾ ਦੁੱਖ ਹੁੰਦਾ। ਪਹਿਲਾਂ ਵੀ ਸਾਡੇ ਕੋਲ ਇੱਕ ਬਜ਼ੁਰਗ ਛੋਟੇ ਲਾਲ ਜੀ ਸੀ, ਅੱਜ ਤੋਂ 4-5 ਮਹੀਨੇ ਪਹਿਲਾਂ ਜਦੋਂ ਸਾਡੇ ਸੰਸਥਾ ਦਰਾਹੇ ਚੱਲਦੀ ਸੀ, ਉੱਥੇ ਸਿੱਧੂ ਹੋਸਪਿਟਲ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ। ਉਦੋਂ ਵੀ ਬੜੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੂੰ ਵੀ ਅਸੀਂ ਬੜੀ ਸੇਵਾ 2-2.5 ਮਹੀਨੇ ਸੇਵਾ ਕਰੀ ਸੀ, ਪਰ ਨਹੀਂ ਮਨਜ਼ੂਰ ਸੀ ਗੁਰੂ ਮਹਾਰਾਜ ਨੂੰ। ਅੱਜ ਬਾਬਾ ਜੀ ਦਾ ਇਹਨਾਂ ਦਾ ਜਾਣਾ ਸਾਡੇ ਸੰਸਥਾ ਵਾਸਤੇ ਬੜੀ ਦੁੱਖ ਦੀ ਗੱਲ ਆ ਜੀ। ਅਸੀਂ ਸਾਰੇ ਵੀਰਾਂ ਭੈਣਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜੋ ਸਾਡੇ ਨਾਲ ਜੁੜੇ ਹੋਏ ਆ, ਵੀ ਇਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕਰੋ ਜੀ। ਵੀ ਇਹ ਜਿਹੜਾ ਇਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ, ਅੱਗੇ
ਅੱਗੇ ਜਾ ਕੇ ਉਹਨਾਂ ਨੂੰ ਨਾਲੇ ਦੇ ਚਰਨਾਂ ਦੇ ਵਿੱਚ ਇਹਨਾਂ ਨੂੰ ਸ਼ਾਂਤੀ ਮਿਲੇ। ਬਾਕੀ ਹੋਰ ਕੁਛ ਕਹਿਣ ਲਈ ਲਫ਼ਜ਼ ਨਹੀਂ ਹੈਗੇ ਅੱਜ। ਬਾਬਾ ਜੀ ਦੀ ਅਸੀਂ ਕਾਫ਼ੀ ਦੇਖ ਸਕਦੇ ਹਾਂ, ਤੁਸੀਂ ਹੈਲਪ ਕਰਦੇ ਰਹੇ ਜੋ ਵੀ ਇਹਨਾਂ ਦਾ ਬਣਦਾ ਇਲਾਜ ਸੀ ਕੀਤਾ, ਪਰ ਨਹੀਂ ਬਚਾ ਸਕੇ ਅਸੀਂ ਇਹਨਾਂ ਨੂੰ। ਜਿਵੇਂ ਕਿ ਸਾਡਾ ਨੰਬਰ 97803000074 ਨੰਬਰ ਹੈ ਜੀ। ਸਾਰੇ ਵੀਰ ਜੇ ਕਿਸੇ ਵੀਰ ਨੇ ਨੇੜੇ ਤੱਕ ਵੀ ਹੈਗਾ ਜੇ ਕੋਈ ਆਉਣਾ ਚਾਹੁੰਦਾ ਹੋਵੇ ਤਾਂ ਆ ਕੇ ਸੰਪਰਕ ਕਰ ਸਕਦਾ, ਸਾਨੂੰ ਮਿਲ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।